ਵੀ ਆ ਜਾ ਰਹੇ ਹਾਂ ਸਾਗਰਸ ਵਰਲਡਸ ਐਂਡ ਤੇ ਸਾਰੇ ਸਾਡੇ ਨਾਲ ਕੌਣ ਕੌਣ ਹੈ ਤੁਹਾਨੂੰ ਅਸੀਂ ਦਿਖਾਉਂਦੇ ਆ ਸਾਡੇ ਨਾਲ ਨੇ ਅੱਜ ਹੁਣ ਅਸੀਂ ਰਸਤੇ 'ਚ ਰੁਕੇ ਹਾਂ ਥੋੜ੍ਹੀ ਦੇਰ ਲਈ ਕਿਉਂਕਿ ਫਤਿਹਰਾਜ ਜੀ ਨਾਲ ਨੇ ਸਾਡੇ ਉਹ ਦੇਖੋ ਪਿੱਛੇ ਦਾ ਨਾਮ ਗਰੰਦੋਲਾ ਫਤਿਹਰਾਜ ਸਾਡਾ ਡੌਗੀ ਤੋਂ ਡਰ ਰਿਹਾ ਹੈ ਨਾ ਪਾਪਾ जी असी रुके हैं अल्मोदोबार वाला जेड़े प्रोडक्ट आ ये पुर्तगाल दे मेन पापा आ वाली चीज आ जेड़ा तुहानू कहंदे ना दरख्त तों बनदी आ सक दा कहंदे हां जी जेड़ा सक दा बनदा ओ इहदा बनदा आ ते आ इहनां दे प्राइस आ 18.5 यूरो प्लीज़ चैनल में सबसक्राइब शेयर कर दो बहुत जरूरत है ताकि असं ज़्यादा मोटिवेट होंगे आ गए हैं सागरस पहुँच गए हैं सानू 3-3.5 घंटे लग गए इतने पहुँचते और असी आ गए हैं एट वर्ल्ड्स एंड ये यूरोप का वो वाला पार्ट है जिथे यूरोप खत्म हो जाता है एंड हो जाता है लास्ट मेनलैंड यूरोप इतने खत्म होंगी इस जगह पर इसका नाम है सागरस सेंटर चो जी मेन स्ट्रेट लाइन निकलती है तो ये साउथ वैसट एंड ऑफ द वर्ल्ड है रोमनस जदों सारा वर्ल्ड एक्सप्लोर कर रहे थे ए वाला पार्ट ते आके और रुक गए सी उन्हें लगता से दुनिया इतने खत्म हो गई है दिस इज द एंड पार्ट फ्रॉम द साउथ वेस्ट साइड ऑफ द वर्ल्ड सो बहुत ही सोहनी जगह है उस तो बाद इतने एक स्कूल भी बनवाया गया
ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਫੋਰਟ ਹੈ ਇੱਥੇ ਜਿਹੜਾ ਰਾਜਾ ਸੀਗਾ ਉਸ ਟਾਈਮ ਤੇ ਉਹਨੇ ਇੱਥੇ ਇੱਕ ਸਕੂਲ ਬਣਵਾਇਆ ਜਿਹੜਾ ਬੇਸਿਕਲੀ ਐਕਸਪਲੋਰਰਸ ਲਈ ਬਣਵਾਇਆ ਗਿਆ ਸੀ ਤਾਂ ਕਿ ਦੁਨੀਆ ਤੋਂ ਵੱਡੇ ਵੱਡੇ ਐਕਸਪਲੋਰਰ ਆਉਣ ਔਰ ਉਹ ਇੱਥੇ ਆ ਕੇ ਸਟੱਡੀ ਕਰਨ ਔਰ ਉਹਨਾਂ ਨੂੰ ਪਤਾ ਲੱਗੇ ਕਿ ਜਿਹੜਾ ਸੂਰਜ ਹੈ ਉਹ ਇੱਥੇ ਆ ਕੇ ਆਖਰੀ ਵਾਰੀ ਛੁੱਪ ਜਾਂਦਾ ਰੋਮਨਸ ਇੱਥੋਂ ਤੱਕ ਸੋਚਦੇ ਸੀ ਕਿ ਸੂਰਜ ਇੱਥੇ ਡੁੱਬ ਗਿਆ ਉਸ ਤੋਂ ਬਾਅਦ ਇੱਕ ਇੱਥੇ ਬਲੈਕ ਹੋਲ ਹੈ ਜਿਹਦੇ 'ਚ ਧਰਤੀ ਚਲੀ ਜਾਂਦੀ ਹੈ ਕਿਉਂਕਿ ਉਸ ਟਾਈਮ 'ਤੇ ਇੰਨੀ ਨੌਲੇਜ ਨਹੀਂ ਸੀ ਕਿ ਧਰਤੀ ਗੋਲ ਘੁੰਮਦੀ ਹੈ ਅਤੇ ਇਹ ਅਸੀਂ ਫੋਰਟ ਦੇਖ ਰਹੇ ਹੋ ਪਿੱਛੇ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਸੀ ਇਹ ਫੋਰਟ 'ਤੇ ਕਈ ਐਕਸਪਲੋਰਰਸ ਜਿਹੜੇ ਨੇ ਜਿਵੇਂ ਕਿ ਵਾਸਕੋ ਡੀ ਗਾਮਾ ਜਾਂ ਕਈ ਤਰ੍ਹਾਂ ਦੇ ਐਕਸਪਲੋਰਰਸ ਨੂੰ ਇੱਥੇ ਬੁਲਾਇਆ ਗਿਆ ਤਾਂ ਕਿ ਇੱਥੇ ਸਟੱਡੀ ਕਰਨ ਔਰ ਦੇਖਣ ਕਿ ਦੁਨੀਆ ਜਿਹੜੀ ਹੈ ਇੱਥੇ ਆ ਕੇ ਐਂਡ ਹੋ ਜਾਂਦੀ ਹੈ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਦੁਨੀਆ ਐਂਡ ਸੋ ਇਹ ਐਂਡ ਪਾਰਟ ਹੈ ਬਹੁਤ ਹੀ ਸੋਹਣਾ ਹੈ ਤੁਹਾਨੂੰ ਮੈਂ ਇਹਦਾ ਦੂਸਰੀ ਸਾਈਡ ਤੋਂ ਵਿਊ ਦਿਖਾਉਂਦੀ ਹਾਂ ਉਹ ਹੈ ਲਾਈਟ ਹਾਊਸ ਇਹ ਪੁਰਤਗਾਲ ਦਾ ਸਭ ਤੋਂ ਪਾਵਰਫੁੱਲ ਲਾਈਟ ਹਾਊਸ ਹੈ ਇੱਥੇ ਸ਼ਿਪਸ ਜਿਹੜੇ ਪਹਿਲਾਂ ਆਉਂਦੇ ਹੁੰਦੇ ਸੀਗੇ ਅਤੇ ਇਹ ਲਾਈਟ ਹਾਊਸ ਜਿਹੜਾ ਹੈ ਉਸਨੂੰ ਡਾਇਰੈਕਸ਼ਨ ਦਿੰਦਾ ਹੁੰਦਾ ਸੀ ਸਾਰੇ ਸ਼ਿਪਸ ਨੂੰ ਔਰ ਸ਼ਿਪਸ ਇੱਥੇ ਆ ਕੇ ਰੁਕ ਜਾਂਦੇ ਹੁੰਦੇ ਸੀ ਕਿਉਂਕਿ ਇੱਥੇ ਆ ਕੇ ਜਿਹੜੀਆਂ ਉਹਨਾਂ ਨੂੰ ਪਿੱਛੇ ਪਾਣੀ ਦੀਆਂ ਛੱਲਾਂ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ ਅਤੇ ਇਸ ਕਰਕੇ ਇੱਕ ਵਾਲ ਦੀ ਤਰ੍ਹਾਂ ਸੀ ਅਤੇ ਸ਼ਿਪਸ ਤੋਂ ਅਗਲਾ ਸਫ਼ਰ ਜਿਹੜਾ ਫਿਰ ਉਹ ਇੱਥੋਂ ਸ਼ੁਰੂ ਕਰਦੇ ਹੁੰਦੇ ਸੀ ਸੋ ਇਹ ਲਾਈਟ ਹਾਊਸ ਜਿਹੜਾ ਹੈ ਬਹੁਤ ਇੰਪੋਰਟੈਂਟ ਪਾਰਟ ਹੈ ਇਸ ਲੋਕੇਸ਼ਨ ਦਾ ਲੋਕ ਇਸ ਲਾਈਟ ਹਾਊਸ ਵੱਲ ਵੀ ਜਾਂਦੇ ਨੇ ਸਪੈਸ਼ਲ ਦੇਖਣ ਲਾਈਟ ਹਾਊਸ ਤੋਂ ਵੀ ਪਰ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੀ ਚੀਜ਼ ਦਾ ਮਜ਼ਾ ਆ ਗਿਆ ਇੱਥੇ ਆ ਕੇ ਕਿ ਅਸੀਂ ਐਂਡ ਆਫ ਦ ਵਰਲਡ ਵੀ ਦੇਖ ਲਿਆ ਅੱਜ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਹੈ ਅਤੇ ਤੁਸੀਂ ਵੀ ਇੰਜੋਏ ਕਰੋ ਪਾਣੀ ਦੀਆਂ ਬਹੁਤ ਸੋਹਣੀਆਂ ਲਹਿਰਾਂ ਇਹ ਅਟਲਾਂਟਿਕ ਓਸ਼ਨ ਹੈ ਮਹਾਸਾਗਰ ਅਤੇ ਪਿੱਛੇ ਫਤਿਹ ਰਾਜ ਅਤੇ ਐਜ਼ ਯੂਜੁਅਲ ਕਮਜ਼ੋਰੀ ਅਤੇ ਇਹ ਫੋਰਟ ਜਿਹੜਾ ਇਹਦੀ ਵੀ ਮੈਂ ਤੁਹਾਨੂੰ ਇੱਕ ਸਪੈਸ਼ਲ ਦੱਸਦੀ ਹਾਂ ਕਿ ਪੁਰਤਗਾਲ ਦੇ ਵਿੱਚ ਇੱਕ ਗ੍ਰੇਟ ਅਰਥਕੁਇਕ ਆਇਆ ਸੀ 1755 ਦੇ ਨੀਅਰ ਅਬਾਊਟ ਅਤੇ ਉਹ ਅਰਥਕੁਇਕ ਨੇ ਸਾਰਾ ਪੁਰਤਗਾਲ ਹੀ ਆਲਮੋਸਟ ਇੱਕ ਤਰ੍ਹਾਂ ਦਾ ਤਬਾਹ ਕਰ ਦਿੱਤਾ ਸੀਗਾ ਜਿੰਨੀਆਂ ਵੀ ਇੱਥੋਂ ਦੀਆਂ ਬਹੁਤ ਹੀ ਮੇਨ ਇਮਾਰਤਾਂ ਨੇ ਮੇਨ ਬਿਲਡਿੰਗਸ ਨੇ ਉਹ ਸਾਰੀਆਂ ਹੀ ਡਿਸਟਰੋਏ ਹੋ ਗਈਆਂ ਸੀਗੀਆਂ ਅਤੇ ਇਹ ਜਿਹੜੀ ਇਮਾਰਤ ਹੈ ਇਹ ਵੀ ਬਿਲਕੁਲ ਹੀ ਡਿਸਟਰੋਏ ਹੋ ਗਈ ਸੀਗੀ ਇਹ ਫੋਰਟ ਹੈ ਔਰ ਇਸ ਫੋਰਟ ਨੂੰ ਫਿਰ ਦੁਬਾਰਾ ਖੜ੍ਹਾ ਕੀਤਾ ਗਿਆ ਜਿਵੇਂ ਕਿ ਬਾਕੀ ਸਾਰੀਆਂ ਬਿਲਡਿੰਗਸ ਨੂੰ ਰੈਨੋਵੇਟ ਕੀਤਾ ਗਿਆ ਜਿਹੜੀਆਂ ਡਿਸਟਰੋਏ ਹੋ ਗਈਆਂ ਸੀ ਪ੍ਰੋਟੈਕਸ਼ਨ ਵਾਸਤੇ ਇਹ ਫੋਰਟ ਬਣਾਇਆ ਗਿਆ ਇਸ ਜਗ੍ਹਾ 'ਤੇ ਆਪਣੀ ਡਿਫੈਂਸ ਆਰਮੀ ਖੜ੍ਹੀ ਕਰਦੇ ਹੁੰਦੇ ਸੀਗੇ ਤਾਂ ਕਿ ਇਸ ਸਾਈਡ ਤੋਂ ਕੋਈ ਅਟੈਕ ਨਾ ਹੋਵੇ ਜਿਵੇਂ ਕਿ ਸਮੁੰਦਰ ਦੇ ਥਰੂ ਕਿਉਂਕਿ ਸਮੁੰਦਰੀ ਲੁਟੇਰੇ ਜਾਂ ਫਿਰ ਸਮੁੰਦਰ ਦੇ ਰਸਤੇ ਤੋਂ ਕਈ ਆਰਮੀਜ਼ ਜਿਹੜੀਆਂ ਨੇ ਉਹ ਐਂਟਰ ਕਰ ਸਕਦੀਆਂ ਨੇ ਕੰਟਰੀ ਦੇ ਅੰਡਰ ਹਾਂਜੀ ਅਸੀਂ ਬੈਠੇ ਹੋਏ ਹਾਂ ਸਨਸੈਟ 'ਤੇ ਇੱਥੇ ਸਨਸੈਟ ਚੱਲ ਰਿਹਾ ਲੋਕ ਇਕੱਠੇ ਹੋਏ ਨੇ ਸਾਰੇ ਦੇਖ ਰਹੇ ਨੇ ਇਹ ਏਰੀਆ ਫਤਿਹ ਰਾਜ ਨੇ ਬਹੁਤ ਪਰੇਸ਼ਾਨ ਕੀਤਾ ਹੋਇਆ ਅਸੀਂ ਇਕੱਲੇ ਇਕੱਲੇ ਜਾਣੇ ਆ ਕੇ ਬਣਾ ਰਹੇ ਹਾਂ ਵਲੌਗ ਹਾਂਜੀ ਸੋ ਹੁਣ ਤੁਹਾਨੂੰ ਅਸੀਂ ਦਿਖਾ ਰਹੇ ਸੀ ਜਿਹੜਾ ਸਨਸੈਟ ਦਾ ਵਿਊ ਤੁਸੀਂ ਹੁਣੇ ਟਾਈਮ ਲੈਪਸ ਦੇ ਵਿੱਚ ਦੇਖਿਆ ਉਹਨੂੰ ਐਂਡ ਪੂਨਮ ਬੇਬੀ ਨੂੰ ਖਾਣਾ ਖਵਾ ਰਹੀ ਆ ਹੁਣ ਆਪਾਂ ਚੱਲਦੇ ਹਾਂ ਆਪਣੇ ਦੂਜੀ ਡੈਸਟੀਨੇਸ਼ਨ ਵੱਲ ਮਤਲਬ ਹੋਟਲ ਇੱਥੇ ਆਪਣਾ ਅੱਜ ਦੇ ਦਿਨ ਦਾ ਵਲੌਗ ਖਤਮ ਹੁੰਦਾ ਆ ਸੋ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸੋ ਸਟੇ ਟਿਊਨਡ ਐਂਡ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਕਰੋ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਸੋ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਕਰੋ ਜਿੰਨਾ ਵੀ ਜ਼ਿਆਦਾ ਕਰ ਸਕਦੇ ਹੋ ਆਪਣੀ ਫੈਮਿਲੀਸ ਆਪਣੇ ਫਰੈਂਡਸ ਦੇ ਵਿੱਚ ਸਾਰਿਆਂ ਦੇ ਵਿੱਚ ਤਾਂ ਕਿ ਸਾਨੂੰ ਹੋਰ ਮੋਟੀਵੇਸ਼ਨ ਮਿਲੇ ਅਸੀਂ ਹੋਰ ਵਲੌਗ ਬਣਾਈਏ ਸਪੈਸ਼ਲ ਅਸੀਂ ਇਸ ਜਗ੍ਹਾ 'ਤੇ ਵਲੌਗ ਲਈ ਆਏ ਹਾਂ ਤਾਂ ਕਿ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਪੁਰਤਗਾਲ ਦੀਆਂ ਬਹੁਤ ਹੀ ਸੋਹਣੀਆਂ ਜਗ੍ਹਾ ਨੇ ਇਹ ਕੰਟਰੀ ਦੇ ਵਿੱਚ ਬਹੁਤ ਕੁਛ ਆ ਦੇਖਣ ਨੂੰ ਐਂਡ ਪਲੀਜ਼ ਸਟੇ ਟਿਊਨਡ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਦਾ ਵੀਡੀਓ ਥੈਂਕ ਯੂ